ਤੇ ਸੂਬੇ ਵਿੱਚ ਵੱਧ ਰਹੀ ਸੜਕ ਹਾਦਸਿਆਂ ਦੀ ਗਿਣਤੀ ਥੰਮਣ ਦਾ ਨਾਂ ਨਹੀਂ ਲੈ ਰਹੀ ਹੈ ਤੇ ਇੱਕ ਰਿਪੋਰਟ ਮੁਤਾਬਕ ਰੋਜ਼ਾਨਾ 12 ਵਿਅਕਤੀ ਇੱਥੇ ਸੜਕ ਹਾਦਸਿਆਂ ਦੌਰਾਨ ਆਪਣੀ ਜਾਨਾਂ ਤੋਂ ਹੱਥ ਖੋ ਰਹੇ ਹਨ। ਅਜਿਹਾ ਦਰਦਨਾਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਐਕਟਿਵਾ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਅਤੇ ਇਸ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੁਆਬਾ ਚੌਂਕ ਲੱਗੇ ਹੋਇਆ ਜੀ, ਐਕਟਿਵਾ ਸਵਾਰ ਟਰਾਲੀ ਦਾ ਐਕਸੀਡੈਂਟ ਹੋਇਆ, ਜਿਸੇ ਕੁੜੀ ਦੀ ਡੈਥ ਹੋ ਗਈ ਹੈ ਅਤੇ ਟਰਾਲੀ ਵਾਲੇ ਨੂੰ ਫੜ ਕੇ ਥਾਣੇ ਲੈ ਗਿਆ ਅਤੇ ਬਾਕੀ ਜੋ ਬਣਦੀ ਕਾਰਵਾਈ ਕੀਤੀ ਜਾਊਗੀ। ਕੁੜੀ ਕਿਹਦੇ 'ਤੇ ਸੀ ਭਾਅ ਜੀ? ਕੁੜੀ ਐਕਟਿਵਾ 'ਤੇ ਜੀ। ਕਿੰਨੇ ਜਾਣੀ ਸੀਗੀਆਂ? ਇਹ ਦੋ ਕੁੜੀਆਂ ਸੀ, ਇੱਕ 15 ਸਾਲ ਦੀ ਛੋਟੀ, ਦੂਜੀ ਛੋਟੀ ਹੈ 10 ਸਾਲ ਦੀ। ਉਹ ਠੀਕ ਹੈ ਜੀ, ਉਹਨੂੰ ਕੋਈ ਸੱਟਣ ਲੱਗੀ ਠੀਕ ਹੈ, ਉਹ ਘਰ ਆਪਣੇ, ਜੋ ਬਣਦੀ ਕਾਰਵਾਈ ਉੱਥੇ ਕੀਤੀ ਜਾਊਗੀ। ਇਹ ਪ੍ਰੀਤ ਨਗਰ ਜਲੰਧਰ ਜੀ, ਸੋਡਰ ਰੋਡ। ਇਹ ਪੜ੍ਹਦੀਆਂ ਸਰ? ਹਾਂਜੀ ਪੜ੍ਹਦੀਆਂ, 10ਵੀਂ ਕਲਾਸ 'ਚ।